ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਣੀ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਜਿਹੜਾ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚਹਾਂ ਸਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਥੀਆਂ ਜੱਪੀਆਂ ਤੱਪੀਆਂ ਦੀਵਾਨ ਨਿਤਾਣਿਆਂ ਦੇ ਤਾਣ ਨਿਯੋਧਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋੜੀ ਜਿਹਾ ਜੀ ਲਿਖਿਆ ਇਹਾ ਹੁਕਮ ਕਮਾਏ ਕੱਲਹਿ ਆਵੇ ਨਾਨਕਾ ਸਤੈ ਮੁਖੀ ਜਾਏ ਮਾਤਾ ਕਾਂਸਾ ਮਾਤਾ ਅੰਮ੍ਰਿਤ ਕੌਰ ਜੀ ਦਿੰਦੇ ਹੋਏ ਸਵਾਸਾਂ ਨੂੰ ਭੋਗਦਿਆਂ ਜੀਵਨ ਆਯੂ ਪੂਰਨ ਕਰ ਆਪ ਜੀ ਦੇ ਚਰਨਾਂ ਵਿੱਚ ਜਾ ਵਿਰਾਜੇ ਪਰਿਵਾਰ ਨੇ ਭਾਣਾ ਮਨ ਆਪ ਜੀ ਦਾ ਬਹੁਤ ਆਸਰਾ ਲਿਆ ਵਿਛੜੀ ਹੋਈ ਆਤਮਾ ਦੀ ਸ਼ਾਂਤੀ ਵਾਸਤੇ ਸਮੂਹ ਪਰਿਵਾਰ ਸੰਗਤ ਰੂਪ ਵਿੱਚ ਅੰਤਿਮ ਅਰਦਾਸ ਦੇ ਇਕੱਤਰ ਹੋਇਆ ਇਲਾਹੀ ਬਾਣੀ ਦੇ ਕੀਰਤ ਹੋਏ ਗੁਰਮਤ ਵਿਦਿਆ ਰਾਹੀਆਂ ਅਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸ਼ੁੱਧ ਤੇ ਸਪਸ਼ਟ ਬਾਣੀ ਰਸਮੀ ਲਾਇਕ ਹੋਵੇ ਮਿੱਠੀ ਪਿਆਰੀ ਆਸੀਸ ਇਲਾਹੀ ਹੁਕਮਨਾਮਾ ਬਖਸ਼ ਕੇ ਨਦਰੀ ਨਦਰ ਧਿਆਨ ਕਰੋ ਸ੍ਰੀ ਗੁਰਮੁਖ ਪਿਆਰੇ ਮੇਲੋ ਜਨਮ ਯਾਤਰਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਮਾਤਾ ਅਮਰ ਕੌਰ ਜੀ ਦਿੱਤੇ ਹੋਏ ਸਵਾਸਾਂ ਨੂੰ ਗਾਉਂਦੇ ਹਾਂ ਪਰਿਵਾਰ ਇਸ ਦੁਨੀਆਂ ਨੂੰ ਸਰੀਰ ਛੋੜਾ ਦੇ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਜਾਏ ਪਰਿਵਾਰ ਨੇ ਸਤਿਗੁਰਾਂ ਦੇ ਬਾਣੇ ਨੂੰ ਅਟਲ ਕਰਕੇ ਮੰਨਿਆ ਹੈ ਕਿ ਆਪ ਸਭ ਸੰਗਤ ਰੂਪ ਦੇ ਵਿੱਚ ਪਰਿਵਾਰ ਦੇ ਨਾਲ ਜਿੱਥੇ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਹੋ ਉੱਥੇ ਇਹ ਵਿਛੜੀ ਹੋਈ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਹੋਇਆਂ ਆਪ ਨੇ ਸੰਗਤ ਰੂਪ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ ਸਤਿਗੁਰ ਕਿਰਪਾ ਕਰ ਉਸ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਦਾ ਨਿਵਾਸ ਬਖਸ਼ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਨ ਵਾਸਤੇ ਰਾਮਗੜੀਆ ਐਜੂਕੇਸ਼ਨ ਕੌਂਸਲ ਦੇ ਜਨਰਲ ਸਕੱਤਰ ਸਰਦਾਰ ਜਗਤਾਰ ਸਿੰਘ ਭਵਰਾ ਉਹਨਾਂ ਦੀ ਸੇਵਾ ਲਾਈ ਗਈ ਹੈ ਉਹ ਆਈਆਂ ਹੋਈਆਂ ਸੰਗਤਾਂ ਦਾ ਜਿੱਥੇ ਧੰਨਵਾਦ ਕਰਨਗੇ ਨਾਲ ਹੀ ਜੋ ਸ਼ੋਕ ਮਤੇ ਆਏ ਨੇ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਹਾਜ਼ਰੀ ਲਵਾਈ ਸੰਗਤ ਰੂਪ ਵਿੱਚ ਪਹੁੰਚੇ ਨੇ ਉਹ ਸ਼ੋਕ ਮਤੇ ਆਪ ਜੀ ਨੂੰ ਪੜ੍ਹ ਕੇ ਸੁਣਾਉਣਗੇ ਸੇਵਾ ਲਾਈ ਗਈ ਹੈ ਰਾਮਗੜੀਆ ਐਜੂਕੇਸ਼ਨ ਕੌਂਸਲ ਦੇ ਜਨਰਲ ਸਕੱਤਰ ਸਰਦਾਰ ਜਗਤਾਰ ਸਿੰਘ ਭਵਰਾ ਜੀ ਦੀ ਪਰਿਵਾਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਰਿਵਾਰਕ ਰਸਮ ਹੈ ਸਹੁਰਿਆਂ ਵੱਲੋਂ ਅਤੇ ਨਾਨਕਿਆਂ ਵੱਲੋਂ ਉਹ ਕਿਸੇ ਸਥਾਨ 'ਤੇ ਕੀਤੀ ਜਾਣੀ ਹੈ ਮੈਂ ਸਰਦਾਰ ਅਰਜੀਤ ਸਿੰਘ ਦੀ ਕਲਸੀ ਨੂੰ ਬੇਨਤੀ ਕਰਾਂਗਾ
Thank you.
Oh,
Sat
Thank you.
निज कर से अब
संताप में सच्ची वाणी संक्रमण
ਸਨਮਾਨ ਦੀ ਰਸਮ ਕੀਤੀ ਗਈ। ਪਿਛਲੇ ਦਿਨ ਪਰਮਾਤਮਾ ਨੇ ਦੁਨੀਆਂ ਸਵਾਸਾਂ ਦੀ ਜ਼ਿੰਦਗੀ ਦੱਸੀ, ਉਸ ਨੂੰ ਭੋਗਣ ਨੂੰ ਸੰਸਾਰ ਯਾਤਰਾ ਕਰਨਾ ਹੈ, ਪਰ ਲੋਕ ਗਮਨ ਕਰਦੇ ਹਨ। ਦੂਜਾ ਉਸਦੇ ਹੁਕਮ ਵਿੱਚ ਵੀ ਹੁੰਦਾ ਹੈ, ਭੋਗ ਵਿੱਚ ਚਲਿਆ ਜਾਂਦਾ ਕਰ ਲਿਆ ਨਮਕਾ ਸਤਿਗੁਰ ਭੇਜਦਾ ਹੈ, ਆਵਾਜ਼ ਮਾਰਦਾ ਹੈ ਜਾਂ ਮਾਤਾ ਜੀ ਦੀ ਕਿਰਪਾਲ ਦੇ ਸੰਦੇ ਤੋਂ ਉਸ ਲੋਕ ਵਿੱਚ ਪਹੁੰਚਦੇ ਹਨ। ਸਾਹਿਬ ਦੇ ਚਰਨਾਂ 'ਚ ਅਰਦਾਸ ਹੈ ਕਿ ਨਿਵਾਜ ਪਾਤਸ਼ਾਹ ਜੀ ਦੇ ਗੁਣਾਂ ਉਹਨਾਂ ਦੀ ਉਚਾਰਨਾ ਕਰਨਾ, ਆਪਣੇ ਧਰਮ ਦੇ ਵਿੱਚ ਨਿਵਾਸ ਕਰਨਾ, ਬੜੇ ਸੋਹਣੇ ਬਾਣੀ ਦੇ ਉਚਾਰ ਸਾਡੇ ਗੁਰੂ ਦੇ ਸਨ ਪਰਿਵਾਰ ਨੂੰ ਸਾਰਾ ਮਹਾਨ ਅਰਦਾਸ ਕਰੀਏ, ਆਪਾਂ ਸਾਰਿਆਂ ਨੂੰ ਅਰਦਾਸ ਵਿੱਚ ਸ਼ਾਮਿਲ ਹੋਣਾ। ਗੁਰਮੁਖ ਵਿੱਚ ਰਵਾਇਤ ਸ੍ਰੀ ਮਰਿਆਦਾ ਦੇ ਸਵਾਲ ਹੈ, ਇਸ ਸੰਸਾਰ ਵਿੱਚ ਆਪਾਂ ਸੰਸਾਰ ਦੇ ਵਿਚਾਰਾਂ ਵਿੱਚ ਉਲਝੇ ਹੋਏ ਹਨ। ਸਰ ਅਟਕਦੇ ਹੋਏ ਮਨ ਨੂੰ ਇਕਾਗਰ ਕਰਨ ਵਾਸਤੇ ਗੁਰਮਤਿ ਨੇ ਕੀਰਤਨ ਕਥਾ ਦੀ ਰਵਾਇਤ ਚਲਾਈ ਤਾਂ ਕਿ ਮਨ ਇਕਾਗਰ ਹੋ ਜਾਵੇ, ਟਿਕਿਆ ਹੋਇਆ ਮਨ ਟਿਕ ਜਾਵੇ। ਉਸ ਟਿਕੇ ਹੋਏ ਮਨ ਤੋਂ ਜਦੋਂ ਪਾਠ ਵਾਸ ਕਰਾਂਗੇ ਮਾਲਕ ਦੇ ਜਲ ਗੁਰੂ ਦੇਵ ਜੀ ਕਰਾਂਗੇ, ਸਤਿਗੁਰ ਕੋਸ਼ਿਸ਼ ਕਰੇ ਆਪਾਂ ਸਾਰੇ ਦੀ ਅਰਦਾਸ ਥਾਈ ਪਵੇ। ਮਾਤਾ ਜੀ ਨੂੰ ਮਾਲਕ ਨੂੰ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਅਰਦਾਸ ਇੱਕ ਓਮਕਾਰ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਦੀ ਸਹਾਏ ਵਾਹ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਮੀ ਪ੍ਰਗਾਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਿੰਗ ਧਿਆਏ ਕਿਰੰਦਰ ਗੁਰਤੇ ਅਮਰਦਾਸ ਰਾਮਦਾਸ ਸਾਹਿਬ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਜੈ ਸਿਮਰ ਕੈ ਸਤਿਗੁਰ ਜਾਏ ਏ ਬਹਾਦਰ ਸਿਮਰੀਐ ਘਰ ਮੰਦ ਦਿਆਵੈ ਧਾਏ ਸਭ ਥਾਈ ਹੋਏ ਸਹਾਏ ਕ੍ਰਿਸ਼ਨ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਵਿਚਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ ਤੁਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਥੀਆਂ ਜੱਪੀਆਂ ਤੱਕੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਗ ਧਿਆਨ ਕੀਤਾ ਤਿਨਾਮ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਕ ਸੀਸ ਦਿੱਤੇ ਵੱਧ ਵੱਧ ਕਟਾਏ ਖੋਪੜੀਆਂ ਲੁਹਾਈਆਂ ਰੱਖੜੀਆਂ ਤੇ ਜੜੇ ਆਲਿਆਂ ਨਾਲ ਕੀਰੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੈ ਚਿੱਤ ਆਵੈ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛੇ ਆ ਰਹੇ ਆ ਦੇਗ ਤੇਗ ਫਤਿਹ ਦਰਦ ਕੀ ਪੈਰ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਦਾਨਾ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੀ ਸਨਾਨ ਚੌਂਕੀਆਂ ਝੰਡੇ ਡੁੱਗੇ ਜੁਗੋ ਜੁਗੇ ਅਕਾਲ ਧਰਮ ਕਾਜੈ ਕਾਰ ਖਾਲਸਾ ਜੀ ਗੁਰੂ ਜੀ। ਸਿੱਖਾਂ ਦਾ ਮਨ ਨੀਵਾ
ਦੀ ਮਾਤਰ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਦਿਓ। ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਨਿਗਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੀ ਮਾਣ, ਨਿਤਾਣਿਆਂ ਦੇ ਤਾਣ, ਨਿਯੋਧਿਆਂ ਦੀ ਓਟ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਜੋੜੀ ਜਿਹਾ ਜੀ ਲਿਖਿਆ ਇਹਾ ਹੁਕਮ ਕਮਾਏ ਕੱਲਹਿ ਆਵੇ ਨਾਨਕਾ ਸਤੈ ਮੁਖੀ ਜਾਏ ਮਾਤਾ ਕੰਸਾ। ਮਾਤਾ ਅਮਰ ਕੌਰ ਜੀ ਦਿੰਦੇ ਹੋਏ ਸਵਾਸਾਂ ਨੂੰ ਭੋਗਦਿਆਂ ਜੀਵਨ ਆਯੂ ਪੂਰਨ ਕਰ ਆਪ ਜੀ ਦੇ ਚਰਨਾਂ ਵਿੱਚ ਜਾ ਕੇ ਰਾਜੇ ਪਰਿਵਾਰ ਨੇ ਭਾਣਾ ਮਨ ਆਪ ਜੀ ਦਾ ਬਹੁਤ ਆਸਰਾ ਲਿਆ। ਵਿਛੜੀ ਹੋਈ ਆਤਮਾ ਦੀ ਸ਼ਾਂਤੀ ਵਾਸਤੇ ਸਮੂਹ ਪਰਿਵਾਰ ਸੰਗਤ ਰੂਪ ਵਿੱਚ ਅੰਤਿਮ ਅਰਦਾਸ ਦੇ ਇਕੱਤਰ ਹੋਇਆ। ਇਲਾਹੀ ਬਾਣੀ ਦੇ ਕੀਰਤ ਹੋਏ, ਗੁਰਮਤ ਵਿਦਿਆ ਰਾਹੀਆਂ ਅਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਸੁਣਨ ਦਾ ਸੇਵਾ ਸਿਮਰਨ ਕਰਨ ਦਾ ਬਾਲ ਉਤਸ਼ਾਹ ਬਖਸ਼ਣਾ ਪੜੀ ਸੁਣੀ ਬਾਣੀ ਦਾ ਭਾਵ ਪਰਿਵਾਰ ਵੱਲੋਂ ਸੰਗਤ ਵੱਲੋਂ ਕੀਤੀ ਸੇਵਾ ਦਾ ਭਾਵ ਵਿਛੜੀ ਹੋਈ ਆਤਮਾ ਨੂੰ ਬਖਸ਼ਣਾ ਗੁਣਾ ਔਗੁਣਾ ਨਾਲ ਚਿਤਾਰਦਿਆਂ ਹੋਇਆ ਆਵਾਗਮਨ ਦੇ ਚੱਕਰਾਂ ਤੋਂ ਬਚਾ ਕੇ ਸਦੀਵ ਕਾਲ ਵਾਸਤੇ ਆਪਣੇ ਚਰਨਾਂ ਦਾ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਯਾਪਤ ਰੱਖਣਾ ਅਸਹਿ ਦੇ ਅਕਹਿ ਭਾਣਾ ਮਿਲਣ ਦੀ ਬਾਲਗੁਰ ਸੁਖਾ ਬਖਸ਼ਣੀ ਚੜ੍ਹਦੀਆਂ ਕਲਾ ਬਖਸ਼ਣੀਆਂ ਦੇਹ ਰੋਗ ਦਾ ਤੰਦਰੁਸਤੀਆਂ ਬਖਸ਼ਣੀਆਂ ਸਗੋਂ ਸੰਗਤਾਂ ਦੀ ਹਾਜ਼ਰੀ ਦਾ ਪ੍ਰਵਾਨ ਕਰਨੀ ਤਿਲ ਫੁੱਲ ਪੇਟਾਵਾਂ ਦਾ ਪ੍ਰਵਾਨ ਕਰਨੀਆਂ ਕਦਮ ਕਦਮ ਦੇ ਕੇ ਲਾਣੀ ਦਰਮ ਧਰਮ ਸਿੱਖੀ ਦੀ ਦਾਤ ਚਰਨਾ ਕਮਲਾਂ ਦੀ ਪ੍ਰੀਤ ਬਖਸ਼ਣੀ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਆਪ ਜੀ ਦੇ ਦਰ ਤੇ ਆਪ ਜੀ ਵਾਸਤੇ ਸੋਨੇ ਰੁਮਾਲਾ ਸੁਹਾਜਰ ਨੇ ਅੰਗੀਕਾਰ ਕਰੋ ਸੇਵਕਾਂ ਦੀ ਲੋਕ ਪ੍ਰਲੋਕ ਪਦ ਤੱਕਣੀ ਕੜਾਹ ਪ੍ਰਸ਼ਾਦੀ ਦੇ ਹਾਜ਼ਰ ਹੈ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਤਸੰਗਤ ਦੀ ਰਸਮੀ ਲਾਇਕ ਹੋਵੇ ਮਿੱਠੀ ਪਿਆਰੀ ਆਸੀਸ ਇਲਾਹੀ ਹੁਕਮਨਾਮਾ ਬਖਸ਼ ਕੇ ਨਦਰੀ ਨਦਰ ਨਿਹਾਲ ਕਰੋ ਸ੍ਰੀ ਗੁਰਮੁਖ ਪਿਆਰੇ ਮੇਲੋ ਜਨਮ ਯਾਤਰਾ ਨਾਮ ਚਿੱਤ ਆਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਮਾਤਾ ਅਮਰ ਕੌਰ ਜੀ ਦੇ ਵਿਸ਼ਵਾਸਾਂ ਨੂੰ ਪਾਉਂਦੇ ਹਾਂ ਪਰਿਵਾਰ ਇਸ ਦੁਨੀਆਂ ਨੂੰ ਸਰੀਰ ਛੋੜਾ ਦੇ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਜਾ ਰਿਹਾ ਪਰਿਵਾਰ ਨੇ ਸਤਿਗੁਰਾਂ ਦੇ ਬਾਣੀ ਨੂੰ ਅਟਲ ਕਰਕੇ ਮੰਨਿਆ ਹੈ ਅਤੇ ਆਪ ਸਭ ਸੰਗਤ ਰੂਪ ਦੇ ਵਿੱਚ ਪਰਿਵਾਰ ਦੇ ਨਾਲ ਜਿੱਥੇ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਹੋ ਉੱਥੇ ਇਹ ਵਿਛੜੀ ਹੋਈ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਹੋਇਆਂ ਆਪ ਨੇ ਸੰਗਤ ਰੂਪ ਦੇ ਵਿੱਚ ਅਰਦਾਸ ਬੇਨਤੀ ਕੀਤੀ ਹੈ ਸਤਿਗੁਰੂ ਕਿਰਪਾ ਕਰ ਉਸ ਵਿਛੜੀ ਹੋਈ ਆਤਮਾ ਨੂੰ ਆਪਣੇ ਚਰਨਾਂ ਦਾ ਨਿਵਾਸ ਬਖਸ਼ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕਰਨ ਵਾਸਤੇ ਰਾਮਗੜੀਆ ਐਜੂਕੇਸ਼ਨ ਕੌਂਸਲ ਦੇ ਜਨਰਲ ਸਕੱਤਰ ਸਰਦਾਰ ਜਗਤਾਰ ਸਿੰਘ ਭਵਰਾ ਉਹਨਾਂ ਦੀ ਸੇਵਾ ਲਾਈ ਗਈ ਹੈ ਉਹ ਆਈਆਂ ਹੋਈਆਂ ਸੰਗਤਾਂ ਦਾ ਜਿੱਥੇ ਧੰਨਵਾਦ ਕਰਨਗੇ ਨਾਲ ਹੀ ਜੋ ਸ਼ੋਕ ਬੰਦੇ ਆਏ ਨੇ ਜਿਨ੍ਹਾਂ ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਹਾਜ਼ਰੀ ਲਵਾਈ ਸੰਗਤ ਰੂਪ ਵਿੱਚ ਪਹੁੰਚੇ ਨੇ ਉਹ ਸ਼ੋਕ ਬੰਦੇ ਆਪ ਜੀ ਨੂੰ ਪੜ੍ਹ ਕੇ ਸੁਣਾਉਣਗੇ ਸੇਵਾ ਲਾਈ ਗਈ ਹੈ ਰਾਮਗੜੀਆ ਐਜੂਕੇਸ਼ਨ ਕੌਂਸਲ ਦੇ ਜਨਰਲ ਸਕੱਤਰ ਸਰਦਾਰ ਜਗਤਾਰ ਸਿੰਘ ਭਵਰਾ ਜੀ ਪਰਿਵਾਰ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਪਰਿਵਾਰਕ ਰਸਮ ਹੈ ਸਹੁਰਿਆਂ ਵੱਲੋਂ ਨਾਨਕਿਆਂ ਵੱਲੋਂ ਉਹ ਕਿਸੇ ਸਥਾਨ 'ਤੇ ਕੀਤੀ ਜਾਣੀ ਹੈ
ਮੈਂ ਸਰਦਰਸ਼ਨ ਸਿੰਘ ਦੀ ਕਰਤੀ ਨੂੰ ਬੇਨਤੀ ਕਰਦਾ ਜੀ ਥੋੜ੍ਹਾ ਇੱਧਰ ਘੁੰਮਿਓ ਸਰ ਜੀ ਸਤਨਾਮ ਕਰਤਾ ਨਿਰਭਉ ਨਿਰਵੈ ਅਕਾਲ